ਲੋਕਾਂ ਨੂੰ ਜੇਹਲਮ ਨਦੀ ਉੱਪਰ ਪੁਲ ਦੇ ਤੇਜ਼ੀ ਨਾਲ ਨਿਰਮਾਣ ਦੀ ਉਮੀਦ। ਸ਼੍ਰੀਨਗਰ ਦੇ ਲੋਕ ਇਹ ਜਾਣ ਕੇ ਬਹੁਤ ਖੁਸ਼ ਹਨ ਕਿ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਨ ਲਈ ਜੇਹਲਮ ਨਦੀ ਉੱਪਰ ਇੱਕ ਪੁਲ ਦਾ ਨਿਰਮਾਣ ਕੀਤਾ ਜਾਵੇਗਾ। ਪੁਲ ਦੀ ਘਾਟ ਕਾਰਨ ਲੋਕ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਸਨ, ਕਿਉਂਕਿ ਬੱਚਿਆਂ ਨੂੰ ਸਕੂਲ ਜਾਣ ਅਤੇ ਬਜ਼ੁਰਗਾਂ ਨੂੰ ਲੰਮੀ ਦੂਰੀ ਤੈਅ ਕਰਨ ਵਿੱਚ ਬਹੁਤ ਹੀ ਮੁਸ਼ਕਿਲ ਪੇਸ਼ ਆਉਂਦੀ ਸੀ, ਜਦਕਿ ਹੜ੍ਹਾਂ ਦੇ ਚੱਲਦਿਆਂ ਸਥਿਤੀ ਹੋਰ ਵੀ ਖਰਾਬ ਹੋ ਜਾਂਦੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੱਕ ਪੁਲ ਨੂੰ ਬਣਾਉਣ ਲਈ ਪਹਿਲ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਸ ਦਾ ਨਿਰਮਾਣ ਜਲਦ ਹੀ ਕਰਵਾ ਦਿੱਤਾ ਜਾਵੇਗਾ। ਹਮਾਰਾ ਜੋ ਪ੍ਰੋਬਲਮ ਥਾ ਇਹ ਕਿਸ਼ਤੀ ਕਾ ਇਹ ਧੀਰੇ ਧੀਰੇ ਸਾਲ ਹੋਣਾ ਚਾਹੀਏ, ਜੇ ਹਮਾਰਾ ਬੱਚੋ ਕੋ ਵੀ ਪ੍ਰੋਬਲਮ ਹੋਤਾ ਹੈ ਇਧਰ ਪੜ੍ਹਨੇ ਮੇਂ ਵੀ ਬਿਮਾਰ ਹੋਗਾ ਕੋਈ ਉਸਕੋ ਵੀ ਪ੍ਰੋਬਲਮ ਹੋਤਾ ਹੈ, ਹਮਕੋ ਕਿਸ਼ਤੀ ਪਾਰ ਕਰਨਾ ਪੜਤਾ ਹੈ, ਅਗਰ ਪਾਣੀ ਜ਼ਿਆਦਾ ਚੜ ਜਾਏਗਾ ਤੋ ਹਮਕੋ ਖਤਰਾ ਰਹਿਤਾ ਹੈ, ਹਮ ਪਾਣੀ ਮਨਾ ਗਿਰ ਜਾਏ, ਇਸ ਲਈ ਹਮ ਗੌਰਮੈਂਟ ਸੇ ਅਪੀਲ ਕਰਤੇ ਹੈ ਕਿ ਇਸਕੋ ਜਲਦ ਸੇ ਜਲਦ ਕਾਮ ਸ਼ੁਰੂ ਕਰਿਆ ਜਾਏ, ਕਾਮ ਇਸਕੋ ਥੋੜ੍ਹਾ ਡਿਲੇ ਸਲੋ ਹੋਤਾ ਹੈ, ਇਸ ਲਈ ਅਗਰ ਗੌਰਮੈਂਟ ਇਸਕੋ ਚਾਹੇ ਤੋ ਜਲਦ ਸੇ ਜਲਦ ਅਗਰ ਜੇ ਸਾਲ ਹੋ ਜਾਏਗਾ। ਇਹ ਬਹੁਤ ਅੱਛੀ ਬਾਤ ਹੈ ਕਿ ਯਹਾਂ ਪਰ ਪੁਲ ਬਣ ਰਹਾ ਹੈ ਕਿ ਹਮੇ ਯਾਦ ਬਹੁਤ ਦਿੱਕਤ ਹੋ ਰਹੀ ਹੈ, ਪਾਰ ਜਾਣੇ ਮੇਂ ਹਮੇ ਬਹੁਤ ਦਿੱਕਤ ਹੋ ਰਹੀ ਹੈ, ਯਹਾਂ ਕਿਸ਼ਤੀ ਸੇ ਪਾਰ ਕਰਨਾ ਪੜਤਾ ਹੈ ਕਿ ਹਮੇ ਛੋਟੇ ਛੋਟੇ ਬੱਚੇ ਵੀ ਜਾਣਾ ਉਨਕੋ ਵੀ ਜਾਣਾ ਪੜਤਾ ਹੈ ਕਿਸ਼ਤੀ ਮੇਂ, ਵਹਾਂ ਬਹੁਤ ਮੁਸ਼ਕਿਲ ਹੋਤਾ ਹੈ, ਇਸੀ ਲਈ ਹਮ ਇਹ ਜੋ ਕਾਮ ਹੋ ਰਹਾ ਹੈ ਅੱਛੀ ਸੇ ਹੋ ਰਹਾ ਹੈ, ਇਹ ਹਮਾਰੇ ਲਈ ਅੱਛਾ ਹੈ ਕਿ ਯਹਾਂ ਪਰ ਬ੍ਰਿਜ ਬਣ ਰਹਾ ਹੈ।